ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਲੁਧਿਆਣਾ ਵਿਊ ਵੱਲੋਂ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਮਨ ਚਾਓ ਪਿਆ ਪ੍ਰਭੇ ਆਗਮ ਸੁਣਿਆ, ਮਨ ਚਾਓ ਪਿਆ ਪ੍ਰਭੇ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਪਨ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਬੀਤਿਆ। ਉਹਨਾਂ ਨੂੰ ਧਾਰਮਿਕ ਵਿਦਿਆ ਦੇ ਨਾਲ ਨਾਲ ਯੁੱਧ ਕਲਾ ਦੀ ਵੀ ਸਿੱਖਿਆ ਦਿੱਤੀ ਗਈ, ਜਿਸ ਵਿੱਚ ਉਹ ਨੇਜ਼ਾਬਾਜ਼ੀ, ਘੋੜ ਸਵਾਰੀ, ਤੀਰਅੰਦਾਜ਼ੀ ਅਤੇ ਤਲਵਾਰ ਚਲਾਉਣ ਆਦਿਕ ਯੁੱਧ ਕਲਾ ਦੇ ਸਾਰੇ ਗੁਣਾਂ ਚ ਨਿਪੁੰਨ ਹੋ ਗਏ। ਆਪ ਸਰੀਰਕ ਪੱਖੋਂ ਵੀ ਬੜੇ ਨਿਰੋਏ ਅਤੇ ਮਜ਼ਬੂਤ ਸਨ। ਤਾਂ ਹੀ ਭਾਈ ਗੁਰਦਾਸ ਜੀ ਲਿਖਦੇ ਹਨ, ਦਲ ਭੰਜਨ ਗੁਰਸੂਰਮਾ ਵਡ ਯੋਧਾ ਬਹੁ ਪਰ ਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਿੰਤਨ ਬਹੁਤ ਹੀ ਕ੍ਰਾਂਤੀਕਾਰੀ ਸੀ। ਉਹ ਚਾਹੁੰਦੇ ਸਨ ਕਿ ਸਿੱਖ ਕੌਮ ਸ਼ਾਂਤੀ, ਭਗਤੀ ਅਤੇ ਧਰਮ ਦੇ ਨਾਲ ਨਾਲ ਅਤਿਆਚਾਰ ਅਤੇ ਜ਼ੁਲਮ ਦਾ ਮੁਕਾਬਲਾ ਕਰਨ ਲਈ ਵੀ ਤਿਆਰ ਰਹੇ। ਉਹ ਅਧਿਆਤਮਕ ਚਿੰਤਨ ਨੂੰ ਦਰਸ਼ਨ ਦੀ ਨਵੀਂ ਕਿਰਿਆਵਾਂ ਨਾਲ ਜੋੜਨਾ ਚਾਹੁੰਦੇ ਸਨ। ਗੁਰਗੱਦੀ ਸੰਭਾਲਣ ਤੋਂ ਬਾਅਦ ਉਹਨਾਂ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਗ੍ਰਹਿਣ ਕੀਤੀਆਂ। ਇਹ ਤਲਵਾਰਾਂ ਉਹਨਾਂ ਨੂੰ ਬਾਬਾ ਬੁੱਢਾ ਜੀ ਨੇ ਗ੍ਰਹਿਣ ਕਰਵਾਈਆਂ। ਇੱਥੋਂ ਹੀ ਸਿੱਖ ਇਤਿਹਾਸ ਨੇ ਇੱਕ ਨਵਾਂ ਮੋੜ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਸੰਕਲਪ ਦੇ ਨਾਲ ਨਾਲ ਸਿੱਖ ਦਰਸ਼ਨ ਦੀ ਚੇਤਨਾ ਨੂੰ ਨਵੇਂ ਅਧਿਆਤਮਕ ਦਰਸ਼ਨ ਦੇ ਨਾਲ ਜੋੜਦੇ ਹਨ। ਇਸ ਪ੍ਰਕਿਰਿਆ ਦੇ ਨਾਲ ਰਾਜਨੀਤੀ ਅਤੇ ਧਰਮ ਇੱਕ ਦੂਜੇ ਦੇ ਪੂਰਕ ਬਣੇ। ਗੁਰੂ ਜੀ ਦੀ ਪ੍ਰੇਰਣਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਹੋਇਆ। ਅਕਾਲ ਤਖ਼ਤ ਤੇ ਕਵੀ ਅਤੇ ਢਾਡੀਆਂ ਨੇ ਗੁਰੂ ਜਸ ਅਤੇ ਵੀਰ ਯੋਧਾ ਦੀਆਂ ਗਾਥਾਵਾਂ ਗਾਣੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਹਰਗੋਬਿੰਦ ਸਾਹਿਬ ਨਾਨਕ ਰਾਜ ਸਥਾਪਿਤ ਕਰਨ ਦੀ ਸਫਲਤਾ ਵੱਲ ਵਧਣ ਲੱਗੇ। ਇਸ ਤੋਂ ਭੈਭੀਤ ਹੋ ਕੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚ ਬੰਦੀ ਬਣਾ ਲਿਆ। ਇਸ ਕਿਲੇ ਵਿੱਚ ਪਹਿਲਾਂ ਤੋਂ ਹੀ ਕਈ ਰਾਜਾ ਜੋ ਮੁਗਲ ਸਲਤਨਤ ਦੇ ਵਿਰੋਧੀ ਸਨ ਜੇਲ੍ਹ ਭੋਗ ਰਹੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ 3 ਸਾਲ ਤੱਕ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਰਹੇ। ਮਹਾਨ ਸੂਫੀ ਫਕੀਰ ਮੀਆਂ ਮੀਰ ਜੀ ਗੁਰੂ ਘਰ ਦੇ ਸ਼ਰਧਾਲੂ ਸਨ। ਉਹਨਾਂ ਨੇ ਜਹਾਂਗੀਰ ਨੂੰ ਗੁਰੂ ਜੀ ਦੀ ਮਹਾਨਤਾ ਅਤੇ ਪ੍ਰਤਿਭਾ ਤੋਂ ਪਰਿਚਿਤ ਕਰਵਾਇਆ। ਜਹਾਂਗੀਰ ਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਕਰ ਦਿੱਤਾ, ਪਰ ਗੁਰੂ ਜੀ ਨੇ ਆਪਣੇ ਨਾਲ 52 ਰਾਜਿਆਂ ਨੂੰ ਵੀ ਆਜ਼ਾਦ ਕਰਾ ਲਿਆ। ਇਸੇ ਲਈ ਸਿੱਖ ਇਤਿਹਾਸ ਵਿੱਚ ਗੁਰੂ ਜੀ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ। ਗਵਾਲੀਅਰ ਵਿੱਚ ਇਸ ਘਟਨਾ ਦਾ ਸਾਕਸ਼ੀ ਗੁਰਦੁਆਰਾ ਬੰਦੀ ਛੋੜ ਸਾਹਿਬ ਹੈ। ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ, ਬੰਦੀ ਛੋੜ ਹੈ, ਬੰਦੀ ਛੋੜ ਹੈ, ਬੰਦੀ ਛੋੜ ਹੈ।
ਮਗਰੋਂ ਜਹਾਂਗੀਰ ਨੇ ਤਾਂ ਗੁਰੂ ਸਾਹਿਬ ਦੇ ਕਿਸੇ ਕੰਮ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ, ਪਰ ਉਸਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਬਾਦਸ਼ਾਹ ਸ਼ਾਹਜਹਾਂ ਨਾਲ 6ਵੀਂ ਪਾਤਸ਼ਾਹੀ ਦੀਆਂ 4 ਜੰਗਾਂ ਹੋਈਆਂ ਅਤੇ ਚਾਰਾਂ ਵਿੱਚ ਹੀ ਗੁਰੂ ਸਾਹਿਬ ਦੀ ਜਿੱਤ ਹੋਈ। ਅਸਲ ਵਿੱਚ ਇਹਨਾਂ 4 ਜੰਗਾਂ ਵਿੱਚ ਸ਼ਾਹਜਹਾਂ ਵੱਲੋਂ ਪਹਿਲ ਕੀਤੀ ਗਈ ਸੀ। ਗੁਰੂ ਸਾਹਿਬ ਨੇ ਭਾਵੇਂ ਸਾਰੀਆਂ ਜੰਗਾਂ ਵਿੱਚ ਬਾਦਸ਼ਾਹ ਨੂੰ ਹਰਾਇਆ ਸੀ, ਪਰ ਇਹਨਾਂ ਜਿੱਤਾਂ ਤੋਂ ਬਾਅਦ ਵੀ ਉਹਨਾਂ ਨੇ 1 ਇੰਚ ਭਰ ਵੀ ਇਲਾਕਾ ਨਹੀਂ ਮੱਲਿਆ। ਉਹਨਾਂ ਦਾ ਮਨੋਰਥ ਤਾਂ ਕੇਵਲ ਜ਼ਬਰ ਜ਼ੁਲਮ ਦਾ ਵਿਰੋਧ ਕਰਨਾ ਸੀ। ਇਸੇ ਕਰਕੇ ਅੱਗੇ ਚੱਲ ਕੇ ਖਾਲਸੇ ਦੀ ਟੱਕਰ ਵੀ ਮੁਗਲ ਸਲਤਨਤ ਨਾਲ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਮੁਗਲਾਂ ਦੇ ਜ਼ੁਲਮਾਂ ਦਾ ਅੰਤ ਨਹੀਂ ਸੀ ਹੋ ਗਿਆ। ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਗ੍ਰਹਿਣ ਕਰਨ ਨਾਲ ਸਿੱਖ ਸੰਗਤ ਵਿੱਚ ਭਗਤੀ ਅਤੇ ਸ਼ਕਤੀ ਦੀ ਨਵੀਂ ਚੇਤਨਾ ਪੈਦਾ ਹੋਈ। ਗੁਰੂ ਜੀ ਨੇ ਆਪਣੀ ਸੂਝ ਬੂਝ ਨਾਲ ਗੁਰੂ ਘਰ ਦੇ ਸ਼ਰਧਾਲੂਆਂ ਨੂੰ ਸੰਗਠਿਤ ਕੀਤਾ ਅਤੇ ਸਿੱਖ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਅਕਾਲ ਤਖ਼ਤ ਸਾਹਿਬ ਸਿੱਖ ਸਮਾਜ ਲਈ ਇਹੋ ਜਿਹੀ ਸਰਵੋੱਚ ਸੰਸਥਾ ਦੇ ਰੂਪ ਵਿੱਚ ਉਭਰਿਆ ਜਿਸ ਨੇ ਭਵਿੱਖ ਵਿੱਚ ਸਿੱਖ ਸ਼ਕਤੀ ਨੂੰ ਕੇਂਦਰਿਤ ਕੀਤਾ ਅਤੇ ਉਸਨੂੰ ਅਲੱਗ ਸਮਾਜਕ ਅਤੇ ਇਤਿਹਾਸਕ ਪਹਿਚਾਣ ਪ੍ਰਦਾਨ ਕੀਤੀ। ਇਸ ਦਾ ਸ਼੍ਰੇਅ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੀ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਿੰਤਨ ਦੀ ਦਿਸ਼ਾ ਨੂੰ ਨਵੇਂ ਵਿਵਹਾਰਿਕ ਅਰਥ ਮਿਲ ਰਹੇ ਸਨ। ਅਸਲ ਵਿੱਚ ਇਹ ਉਹਨਾਂ ਦੇ ਵਿਅਕਤਿਤਵ ਅਤੇ ਸ਼ਕਤੀ ਦਾ ਪ੍ਰਭਾਵ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਸਾਰੀ ਸ਼ਕਤੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਆਦਰਸ਼ ਸਥਾਪਿਤ ਕਰਨ ਵਿੱਚ ਲਗਾਈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਜੀਵਨ ਦਰਸ਼ਨ ਨੂੰ ਸਮੇਂ ਦੀਆਂ ਸਮੱਸਿਆਵਾਂ ਨਾਲ ਕੇਵਲ ਜੋੜਿਆ ਹੀ ਨਹੀਂ ਬਲਕਿ ਇੱਕ ਇਹੋ ਜਿਹੀ ਜੀਵਨ ਦ੍ਰਿਸ਼ਟੀ ਦਾ ਨਿਰਮਾਣ ਵੀ ਕੀਤਾ ਜੋ ਗੌਰਵਪੂਰਨ ਸਮਾਧਾਨ ਦੀ ਸੰਭਾਵਨਾ ਨੂੰ ਵੀ ਉਜਾਗਰ ਕਰਦਾ ਸੀ। ਸਿੱਖ ਲਹਿਰ ਨੂੰ ਪ੍ਰਭਾਵਸ਼ਾਲੀ ਬਣਾਉਣ ਵਿੱਚ ਗੁਰੂ ਜੀ ਦਾ ਅਵਿਸਮਰਣੀ ਯੋਗਦਾਨ ਰਿਹਾ। ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰਗੋਬਿੰਦ ਅਤੋਲਾ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹੋ ਅਡੋਲਾ। ਇੱਕ ਵਾਰ ਫਿਰ ਆਪ ਸਾਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।